ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਦੇ ਸਪਸ਼ਟੀਕਰਨ ਤੋਂ ਬਾਅਦ ਇੱਕ ਵਾਰ ਫਿਰ ਉਹਨਾਂ ਦੀ ਮਾਤਾ ਵੱਲੋਂ ਇੱਕ ਹੋਰ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ। ਕੀ ਪਤਾ ਹੈ ਸਾਧ ਸੰਗਤ ਜੀ, ਕੱਲ ਮੈਂ ਵੀਡੀਓ ਪਾਈ ਸੀ, ਸਾਰੀ ਸੰਗਤ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ, ਮੇਰੀ ਵੀਡੀਓ ਸ਼ੇਅਰ ਕੀਤੀ, ਮੇਰੀ ਮਦਦ ਕੀਤੀ। ਪਰ ਇਸ ਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਕਿ ਉਹ ਇੱਕ ਮਾਂ ਵੱਲੋਂ ਆਪਣੇ ਹੀ ਪੁੱਤਰ ਵਿਰੁੱਧ ਲੋਕਾਂ ਨੂੰ ਇਸ ਤਰ੍ਹਾਂ ਭੜਕਾਇਆ ਜਾ ਰਿਹਾ ਹੈ? ਜੇਕਰ ਇੱਕ ਪਾਸੇ ਵੇਖਿਆ ਜਾਵੇ ਤਾਂ ਪ੍ਰਸਿੱਧ ਰਾਗੀ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਆਪਣੀ ਮਾਤਾ ਜੀ ਨੂੰ ਲੈ ਕੇ ਕਾਫੀ ਪਰੇਸ਼ਾਨ ਵੀ ਵਿਖਾਈ ਦੇ ਰਹੇ ਨੇ ਤੇ ਉਹਨਾਂ ਨੂੰ ਜਗ੍ਹਾ ਜਗ੍ਹਾ ਤੇ ਲੱਭਦੇ ਹੋਏ ਵੀ ਦਿਖਾਈ ਦੇ ਰਹੇ ਨੇ ਅਤੇ ਭਾਈ ਗੁਰਪ੍ਰੀਤ ਸਿੰਘ ਵੱਲੋਂ ਪੁਲਿਸ ਦਾ ਵੀ ਸਹਾਰਾ ਲਿਆ ਗਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹਨਾਂ ਦੇ ਮਾਤਾ ਵੱਲੋਂ ਅਲੱਗ ਅਲੱਗ ਜਗ੍ਹਾ ਤੇ ਜਾ ਕੇ ਇਸ ਤਰ੍ਹਾਂ ਵੀਡੀਓਜ਼ ਕਿਉਂ ਵਾਇਰਲ ਕੀਤੀਆਂ ਜਾ ਰਹੀਆਂ ਨੇ? ਕੀ ਇਸ ਦੇ ਪਿੱਛੇ ਕੋਈ ਸਾਜ਼ਿਸ਼ ਹੈ? ਆਖਿਰ ਕਿਉਂ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਤੇ ਉਹਨਾਂ ਦੀ ਮਾਤਾ ਦਾ ਵਿਵਾਦ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਵੱਧਦਾ ਹੀ ਜਾ ਰਿਹਾ ਹੈ? ਜੀ ਹਾਂ, ਇਸ ਪੂਰੇ ਵਿਵਾਦ ਤੋਂ ਅਸੀਂ ਤੁਹਾਨੂੰ ਜਾਣੂ ਕਰਵਾਵਾਂਗੇ ਕਿ ਇੱਕ ਮਾਂ ਆਪਣੇ ਹੀ ਪੁੱਤਰ ਵਿਰੁੱਧ ਇਸ ਤਰ੍ਹਾਂ ਲੋਕਾਂ ਨੂੰ ਕਿਉਂ ਭੜਕਾ ਰਹੀ ਹੈ ਤੇ ਇਸ ਤਰ੍ਹਾਂ ਦੇ ਸ਼ਬਦ ਕਿਉਂ ਵਰਤ ਰਹੀ ਹੈ। ਤੇ ਇਹ ਸਭ ਜਾਣਨ ਲਈ ਜੁੜੇ ਰਹੋ ਤੁਸੀਂ ਸਾਡੇ ਪ੍ਰੈਸ ਪਬਲਿਕ ਚੈਨਲ ਨਾਲ ਤੇ ਇੱਕ ਨਜ਼ਰ ਇਸ ਵੀਡੀਓ ਤੇ ਵੀ ਜ਼ਰੂਰ ਮਾਰ ਲਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਆ ਹੁਣੇ ਮੈਂ ਵੀਡੀਓ ਪਾਈ, ਉਹ ਡਾਕਟਰ ਨਾਲ ਗੱਲ ਵੀ ਹੋਈ ਹੈ ਕਿ ਆਏ ਸੀਗੇ ਤੇ ਇੱਥੇ ਬੀਪੀ ਦੀ ਗੋਲੀ ਦੇ ਕੇ ਅਸੀਂ ਤੋੜ ਦਿੱਤਾ। ਔਰ ਮੈਂ ਬੇਨਤੀ ਕਰਾਂ, 3 ਦਿਨਾਂ ਤੋਂ ਪਰਸੋਂ ਤੋਂ ਆਹੀ ਕੁਝ ਹੋ ਰਿਹਾ। ਪਹਿਲੀ ਵੀਡੀਓ BRS ਨਗਰ ਪਾਈ ਜਾ ਰਹੀ ਹੈ ਲੁਧਿਆਣੇ ਦੇ ਵਿੱਚ, ਦੂਜੀ ਵੀਡੀਓ ਕਟਾਣੀ ਸਾਹਿਬ ਜਾ ਕੇ ਪਾਈ ਜਾ ਰਹੀ ਹੈ ਜੀ 30-40 ਕਿਲੋਮੀਟਰ ਦੂਰ, ਤੀਜੀ ਵੀਡੀਓ ਨੀਲੋਂ ਦੇ ਨਹਿਰ ਤੇ ਅਸੀਂ ਹਰ ਜਗ੍ਹਾ ਧੱਕੇ ਖਾ ਰਹੇ ਹਾਂ, 3 ਦਿਨਾਂ ਦਾ ਪਾਗਲਾਂ ਵਾਂਗੂ ਲੱਭ ਰਿਹਾ, ਹਰ ਜਗ੍ਹਾ ਤੋਂ ਖਿਸਕ ਜਾਂਦੇ ਹੈ। ਹੁਣ ਅੱਜ ਆ ਕੇ ਤੁਹਾਡੇ ਕਹੇ ਤੇ ਸਾਰਿਆਂ ਤੇ ਮਿਸਿੰਗ ਦੀ ਰਿਪੋਰਟ ਦੁਪਹਿਰ ਦੀ ਦੁਗਰੀ ਲੁਧਿਆਣੇ ਸ਼ਹਿਰ ਦੇ ਵਿੱਚ ਥਾਣੇ ਦੇ ਵਿੱਚ ਲਿਖੀ ਹੋਈ ਹੈ। ਔਰ ਅੱਜ ਦੁਪਹਿਰ ਤੋਂ ਥਾਣੇ ਵਾਲੇ ਲੱਭ ਰਹੇ ਹੈ, ਪੁਲਿਸ ਲੱਭ ਰਹੀ ਹੈ ਮਾਤਾ ਜੀ ਨੂੰ, ਔਰ ਪੁਲਿਸ ਬਕਾਇਦਾ ਸਰਚ ਕਰ ਰਹੀ ਹੈ। ਪੁਲਿਸ ਨੇ ਮੇਰੇ ਤੋਂ ਪੁੱਛਿਆ ਲਾਸਟ ਟਾਈਮ ਮਾਤਾ ਜੀ ਕਿੱਥੇ ਸਨ, ਤੇ ਉਹਨਾਂ ਨੂੰ ਦੱਸਿਆ ਕਿ ਮੇਰੀ ਭੈਣ ਦੇ ਕੋਲ ਸਨ। ਔਰ ਪੁਲਿਸ ਨੇ ਬਕਾਇਦਾ ਮੇਰੀ ਸਿਸਟਰ ਨੂੰ ਕਾਲ ਕੀਤੀ, ਉਹ ਕਹਿੰਦੀ ਮੈਨੂੰ ਕੁਝ ਵੀ ਨਹੀਂ ਪਤਾ, ਬਿਲਕੁਲ ਵੀ ਮੇਰੀ ਕੋਈ ਗੱਲਬਾਤ ਨਹੀਂ ਹੋ ਰਹੀ, ਕੋਈ ਫੋਨ ਨਹੀਂ ਮਿਲ ਰਿਹਾ ਜੀ, ਫੋਨ ਸਾਰੇ ਬੰਦ ਨੇ। ਤੇ ਆ ਉਸ ਤੋਂ ਬਾਅਦ ਜਿਵੇਂ ਹੀ ਭੈਣ ਨੂੰ ਫੋਨ ਕੀਤਾ, ਉਸ ਤੋਂ ਬਾਅਦ ਮਾਤਾ ਜੀ ਦੀ ਇੱਕ ਹੋਰ ਵੀਡੀਓ ਆ ਗਈ ਨੀਲੋ ਦੇ ਪੁੱਲ ਦੇ ਉੱਤੇ, ਆ ਡੇਲੀ ਪੋਸਟ ਵਾਲਿਆਂ ਦੀ, ਜਿਹੜਾ ਉਹ ਸਭ ਝੂਠ ਜਿਹੜੀਆਂ ਨਵੀਆਂ ਨਵੀਆਂ ਗੱਲਾਂ ਕਰ ਰਹੇ ਨੇ, ਤੋ ਸਾਰਿਆਂ ਨੇ ਉਹ ਵੀਡੀਓ ਵੀ ਦੇਖ ਲਈ ਹੈ। ਔਰ ਮੈਂ ਅੱਧੀ ਰਾਤ ਨੂੰ ਫਿਰ ਮਾਤਾ ਨੂੰ ਇੱਥੇ ਲੱਭਣ ਆਇਆ ਹੁਣ ਹਸਪੀਟਲ, ਇੱਥੇ ਕੋਈ ਨਹੀਂ ਹੈਗਾ ਹਸਪੀਟਲ ਦੇ ਵਿੱਚ, ਬਕਾਇਦਾ ਹਸਪੀਟਲ ਨੂੰ ਤਾਲੇ ਲੱਗੇ, ਉਹ ਕਹਿੰਦੇ ਕਿ ਆਏ ਸੀਗੇ। ਔਰ ਦੇਖੋ ਕਿਸ ਟਾਈਮ ਦੇ ਉੱਪਰ ਵੀਡੀਓ ਪੈ ਰਹੀ ਹੈ, ਝੂਠੀ ਵੀਡੀਓ ਕਿ ਇੱਕ ਬੀਪੀ ਵਧਿਆ, ਸਭ ਦਾ ਵੱਧਦਾ ਘਟਦਾ, ਇੱਕ ਗੋਲੀ ਦੇ ਕੇ ਚੱਲੇ ਗਏ, ਇਹ ਕੀ ਹੋ ਰਿਹਾ। ਔਰ ਮੇਰੀ ਬੇਨਤੀ ਹੈ, ਹੁਣ ਪੁਲਿਸ ਦੇ ਵਿੱਚ ਕੇਸ ਰਜਿਸਟਰਡ ਹੈ, ਪੁਲਿਸ ਲੱਭ ਰਹੀ ਹੈ ਕਿ ਮਾਤਾ ਜੀ ਕਿੱਥੇ ਨੇ, ਔਰ ਮੈਂ ਵੀ ਇੱਥੇ ਹਰ ਜਗ੍ਹਾ ਤੇ ਧੱਕੇ ਖਾ ਖਾ ਕੇ ਲੱਭ ਰਿਹਾ। ਹੁਣ ਮਾਤਾ ਜੀ ਫਿਰ ਗਾਇਬ ਨੇ, ਔਰ ਹੁਣ ਦੇਖਿਓ ਥੋੜੀ ਦੇਰ ਬਾਅਦ ਕਿਸੇ ਨਵੀਂ ਜਗ੍ਹਾ ਤੋਂ ਫਿਰ ਵੀਡੀਓ ਆਊਗੀ। ਔਰ ਠੀਕ ਹੈ ਨਾ, ਹੁਣ ਸਾਰੀ ਸੰਗਤ ਇਕੱਠੇ ਹੋਵੋ, ਔਰ ਇਕੱਠੇ ਹੋ ਕੇ ਆ ਕੇ ਇੱਥੇ ਅਸੀਂ ਵੀ ਸੰਗਤ ਦੀ ਇਕੱਤਰਤਾ ਕਰ ਰਹੇ ਹਾਂ, ਸਾਰੀ ਸੰਗਤ ਨੂੰ, ਮੋਹਤਬੀਰ ਸੱਜਣਾਂ ਨੂੰ, ਗੁਰੂ ਕੇ ਪ੍ਰਚਾਰਕਾਂ ਨੂੰ, ਸਭ ਨੂੰ ਮੈਂ ਬੁਲਾ ਰਿਹਾ ਇੱਥੇ। ਔਰ ਜਿੰਨੇ ਮੈਕਸੀਮਮ ਪਹੁੰਚਣਗੇ ਸੱਚ ਦਾ ਸਾਥ ਦੇਣ ਲਈ, ਉਹ ਦੇਖਾਂਗੇ ਆਪਾਂ, ਔਰ ਇਹਨਾਂ ਨੂੰ ਲੱਭਦੇ ਹਾਂ ਕਿ ਕਿੱਥੇ ਨੇ। ਬਿਊਰੋ ਰਿਪੋਰਟ, ਪ੍ਰੈਸ ਪਬਲਿਕ ਨਿਊਜ਼।